ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ, ਅਤੇ ਆਪਾਂ ਸ਼ੁਰੂ ਕਰਦੇ ਹਾਂ ਅਗਲੇ ਸਵਾਲ ਤੋਂ। ਮਿੰਟੂ ਭਾਅ ਜੀ, ਤੁਸੀਂ ਕੁਛ ਪੁੱਛ ਰਹੇ ਸੀਗੇ ਫਸਲਾਂ ਦੇ ਏਰੀਏ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ, ਉਹ ਆਪਾਂ ਕੈਰੀ ਕਰੀ ਕਰਦੇ ਹਾਂ। ਅਸੀਂ ਹੁਣ ਜੇ ਇੱਕ ਗੱਲ ਕਹੀਏ, ਸਾਡੇ ਵਿਦੇਸ਼ ਬੈਠੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ, ਮੈਂ ਉਹਨਾਂ ਨੂੰ ਦੱਸਦਾ ਵੀ ਜਿਹੜਾ ਸਾਡਾ ਟੈਂਪਰੇਚਰ ਆ, ਭਾਵੇਂ ਭਾਰਤ ਤੋਂ ਉਲਟਾ, ਜਦੋਂ ਸਰਦੀ ਹੁੰਦੀ ਇੱਥੇ ਗਰਮੀ, ਗਰਮੀ ਸਰਦੀ ਹੁੰਦੀ ਆ, ਪਰ ਫਿਰ ਵੀ ਟੈਂਪਰੇਚਰ ਸਿਮਲਰ ਜਿਹਾ ਹੀ ਆ। ਨਾ ਬਰਫ਼ ਪੈਂਦੀ ਆ ਅਤੇ ਨਾ ਹੀ ਕੋਈ ਬਾਹਲਾ ਇੰਨੀ ਅੱਗ ਵਰਦੀ ਆ, ਠੀਕ ਜਿਹਾ ਮੌਸਮ ਹੋ ਜਾਂਦਾ, ਹੋ ਜਾਂਦੀ ਆ 45 ਡਿਗਰੀ, ਪਰ ਫਿਰ ਵੀ। ਸੋ ਮੌਸਮ ਤਾਂ ਇੱਕੋ ਹੀ ਗੱਲ ਹੋ ਗਈ, ਪਰ ਇਹ ਕਿਵੇਂ ਆ ਵੀ ਇੱਥੇ ਇੱਕ ਖੇਤ ਝਾੜੂ ਬੀਜੀ ਬੈਠਾ, ਦੂਜੇ 'ਚ ਇੱਥੇ ਮੈਂ ਤਾਂ ਇੱਥੇ ਪਿਸਤੇ ਵੀ ਲੱਗੇ ਦੇਖੇ, ਅਤੇ ਮੈਂ ਇੱਥੇ ਸੰਤਰੇ, ਅਮਰੂਦ, ਮਾਲਟਾ, ਜੋ ਵੀ ਚੀਜ਼ ਆਪਾਂ ਗੱਲ ਕਰਦੇ ਹਾਂ ਹਰੇਕ ਫਰੂਟ ਇੱਥੇ ਆਇਆ ਅਤੇ ਹਰੇਕ ਸਬਜ਼ੀ ਗਰੋ ਹੋ ਰਹੀ ਆ, ਇਹਦਾ ਪਿੱਛੇ ਕੀ ਕਾਰਨ ਸਮਝਦੇ ਤੁਸੀਂ 35 ਸਾਲਾਂ ਦੇ ਆਪਦੇ ਤਜਰਬੇ ਦਾ? ਇਹਦੇ ਵਿੱਚ ਇੱਕ ਤਾਂ ਇੱਥੇ ਆਪਣੀ ਹਿਊਮਿਡਿਟੀ ਹੈ ਨਹੀਂ ਗੀ, ਬਹੁਤ ਘੱਟ ਆ ਜੀ ਜੀ, ਡਰਾਈ ਮੌਸਮ, ਡਰਾਈ ਮੌਸਮ ਆ, ਅਤੇ ਉਹਦੇ ਨਾਲ ਇਹ ਹੁੰਦਾ ਵੀ ਬਿਮਾਰੀਆਂ ਘੱਟ ਲੱਗਦੀਆਂ ਨੇ। ਜਦੋਂ ਹੌਟ ਵੈਦਰ ਹੁੰਦਾ ਸੀ, ਹੌਟ ਵੈਦਰ ਮੰਗਦੇ ਹਾਂ ਕਈ ਵਾਰੀ ਵੀ ਜੇ ਕੋਈ ਮਾੜੀ ਮੋਟੀ ਬਿਮਾਰੀ ਹੋਵੇ ਅੰਗੂਰਾਂ ਨੂੰ ਜਾਂ ਕਿਸੇ ਚੀਜ਼ ਨੂੰ, ਮਰ ਜਾਂਦੀ ਆ ਅਤੇ ਉਹਦੇ ਨਾਲ ਕਲੀਨ ਹੋ ਜਾਂਦੇ ਆ ਉਹ। ਅਤੇ ਬਾਕੀ ਹੈਗਾ ਹੁਣ ਇਸ ਇਹਨਾਂ ਦਿਨਾਂ 'ਚ ਵਰਾਇਟੀਆਂ ਇਹੋ ਜਿਹੀਆਂ ਨਿਕਲ ਆਈਆਂ, ਤੁਸੀਂ ਦੇਖੋ ਵੀ ਰੇਗਿਸਤਾਨ ਅਸੀਂ ਕਹਿ ਸਕਦੇ ਹਾਂ, ਇਹਦੇ ਵਿੱਚ ਐਪਲ ਇੰਨੇ ਵਧੀਆ ਗਰੋ ਹੁੰਦੇ ਆ, ਬਹੁਤ ਹੀ ਵਧੀਆ ਕੁਆਲਿਟੀ ਦੇ, ਪਿਸਤਾ ਬੜਾ ਗਰੋ ਹੁੰਦਾ, ਅੱਜ ਕੱਲ੍ਹ ਹੁਣ ਟ੍ਰੈਂਡ ਆ ਗਿਆ ਆ ਆਲਮੰਡਸ ਦਾ, ਜਿਹੜੇ ਬਦਾਮ ਆਪਾਂ ਇੰਡੀਆ ਵਿੱਚ ਜਿਹਨੂੰ ਆਪਾਂ ਕਹਿੰਦੇ ਹਾਂ ਨਿਆਮਤ ਆ, ਜਿਹੜੀ ਬਹੁਤ ਵਧੀਆ ਚੀਜ਼ ਗਿਣੀ ਜਾਂਦੀ ਹੈ, ਉਹ ਹੁਣ ਇਸ ਵੇਲੇ ਬਹੁਤ ਵੱਡੀ ਸਕੇਲ 'ਤੇ ਆਪਣੇ ਬਦਾਮਾਂ ਦੀ ਖੇਤੀ ਸ਼ੁਰੂ ਹੋ ਰਹੀ ਆ। ਸਿਰਫ ਇੱਕ ਘਾਟ ਹੈਗੀ ਸਾਡੇ ਕੋਲ ਪਾਣੀ ਦੀ, ਅਸੀਂ ਨਿਰਭਰ ਕਰਦੇ ਹਾਂ ਇੱਥੇ ਜਿਹੜਾ ਰਿਵਰ ਵਰਗ ਵਗਦਾ ਨਾ, ਉਹਦੇ 'ਤੇ ਨਿਰਭਰ ਕਰਦੇ ਹਾਂ, ਉਹਦੇ ਵਿੱਚ ਪਾਣੀ ਲਿਮਿਟਡ ਆ। ਸੋ ਅੱਜ ਕੱਲ੍ਹ ਸਫਿਸਟੀਕੇਟਡ ਇਰੀਗੇਸ਼ਨ ਆ ਗਈਆਂ ਨੇ, ਅੱਗੇ ਸਪ੍ਰਿੰਕਲੇ ਜਾਂ ਅੱਗੇ ਖਾਲਾਂ 'ਚ ਪਾਣੀ ਦੇਈਦਾ ਸੀਗਾ, ਵਿਅਰਥ ਬਹੁਤ ਪਾਣੀ ਹੁੰਦਾ ਸੀਗਾ। ਹੁਣ ਅੱਜ ਕੱਲ੍ਹ ਅਸੀਂ ਇੱਕ ਹੋਰ ਜਿੱਦਾਂ ਆਪਣੇ ਇੰਡੀਆ ਵਿੱਚ ਵੀ ਡ੍ਰਿਪ ਸਿਸਟਮ ਸ਼ੁਰੂ ਹੋਇਆ ਆ, ਜਿਹੜਾ ਕਿ ਇਜ਼ਰਾਈਲ ਨੇ ਬਹੁਤ ਵਧੀਆ ਖੋਜ ਕੀਤੀ ਸੀਗੀ ਜੀ ਜੀ, ਅਤੇ ਉਹਦੇ ਨਾਲ ਪਾਣੀ ਦੀ ਸੇਵਿੰਗ ਜਿਹੜੀ ਆ ਬਹੁਤ ਜ਼ਿਆਦਾ ਹੋ ਜਾਂਦੀ ਆ। ਤੁਸੀਂ ਉਸੇ 20 ਖੇਤਾਂ ਨੂੰ ਜਿਹਦੇ ਨਾਲ ਪਾਲਦੇ ਪਾਣੀ, ਅਸੀਂ 50 ਖੇਤ ਜਾਂ 60 ਖੇਤ ਪਾਲ ਸਕਦੇ। ਇੱਕ ਗੱਲ ਜੀ, ਆਪਾਂ ਦਰਸ਼ਕਾਂ ਨੂੰ ਇੱਥੇ ਦੱਸਣਾ ਚਾਹਾਂਗੇ ਕਿ ਇੰਡੀਆ ਦੇ ਵਿੱਚ ਆਪਾਂ ਬੋਰ ਵਾਟਰ ਦਾ ਬਹੁਤ ਯੂਜ਼ ਕਰਦੇ ਹਾਂ, ਇੱਥੇ ਬੋਰ ਵਾਟਰ ਜਿਹੜਾ ਵਾ ਉਹਦਾ ਕੋਈ ਖਾਸ ਨਹੀਂ ਆਪਾਂ ਇੰਪੈਕਟ ਦੇਖਦੇ, ਉਹ ਆਪਾਂ ਇੱਥੇ ਦੱਸੀ ਕਿਸ ਤਰ੍ਹਾਂ ਪਾਣੀ ਆਪਾਂ ਲੈਂਦੇ ਹਾਂ, ਉਹਦਾ ਕੀ ਪ੍ਰੋਸੀਜਰ ਹੁੰਦਾ ਹੈ, ਕਿਸ ਤਰ੍ਹਾਂ ਆਪਾਂ ਉਹਦੀ ਯੂਜ਼ ਕਰਦੇ ਹਾਂ, ਵਾਟਰ ਯੂਜੇਜ ਹੁੰਦੀ, ਉਹਦੇ ਬਾਰੇ ਕੁਛ ਜਾਣਨਾ ਦਿਓ। ਜਿਹੜਾ ਇਹ ਆਪਣਾ ਜਿੱਥੇ ਬੈਠੇ ਹਾਂ ਆਪਾਂ, ਰਿਵਰ ਲੈਣ ਦੇ ਵਿੱਚ ਥੱਲੇ ਪਾਣੀ ਖਾਰਾ ਪਾਣੀ ਹੈ ਜੀ, ਭੇਡਾਂ ਵਾਲੇ ਤਾਂ ਉਹ ਕੱਢ ਲੈਂਦੇ ਭੇਡਾਂ ਨੂੰ ਪਾਣੀ ਪੂਣੀ ਪਿਲਾਉਣ ਲਈ ਜੀ, ਪਰ ਜੇ ਫਸਲ ਗਰੋ ਕਰਨ ਲਈ ਉਹਦੇ ਵਿੱਚ ਥੋੜ੍ਹਾ ਸੋਲਟ ਜ਼ਿਆਦਾ ਹੁੰਦਾ ਅਤੇ ਇਸ ਕਰਕੇ ਫਸਲ ਵਧੀਆ ਹੁੰਦੀ ਨਹੀਂ ਜੀ। ਅਤੇ ਅਸੀਂ ਰਿਵਰਲੈਂਡ ਦੇ ਵਿੱਚ ਮੋਸਟਲੀ ਅਸੀਂ ਨਿਰਭਰ ਹੈਗੇ ਹਾਂ 100% ਕਹਿ ਲਓ ਰਿਵਰ ਦੇ ਪਾਣੀ ਦੇ ਜੀ, ਪਰ ਜਿਹੜਾ ਆਪਣੇ ਕੋਲ ਐਡਲਡ ਫਾਰਮ ਹੈ ਉਹਦੇ ਵਿੱਚ ਅਸੀਂ ਬੋਰ ਬੋਟਾ ਵਰਤਦੇ ਹਾਂ ਜੀ। ਇਹ ਆਸਟ੍ਰੇਲੀਆ ਦੇ ਕਈ ਇਹੋ ਜਿਹੇ ਹਿੱਸੇ ਬਹੁਤ ਵਧੀਆ ਪਾਣੀ ਵੀ ਥੱਲੇ ਹੈਗਾ ਜੀ, ਬੋਰ ਤੋਂ ਨਹੀਂ, ਬੋਰ ਤੁਸੀਂ ਆਪਦੀ ਮਰਜ਼ੀ ਨਾਲ ਲਾ ਸਕਦੇ ਉੱਥੇ, ਨਹੀਂ ਪਰਮਿਸ਼ਨ ਲੈਣੀ ਪੈਂਦੀ, ਤੇ ਪਰਮਿਸ਼ਨ ਲੈਣੀ ਪੈਂਦੀ, ਤੇ ਉਹਦੇ ਪਾਣੀ ਵੀ ਮੈਂ ਤਾਂ ਸੁਣਿਆ ਵੀ ਮੀਟਰ ਲਾਉਂਦੇ ਹੋ, ਤੇ ਉਹ ਕੀ ਸਿਸਟਮ? ਹਾਂ ਉਹ ਫਿਰ ਇੱਦਾਂ ਹੁੰਦੀ ਆ ਵੀ ਕੋਈ ਲੋੜ ਤੋਂ ਜ਼ਿਆਦਾ ਪਾਣੀ ਵੇਸਟ ਨਾ ਕਰੇ। ਅੱਜ ਕੱਲ੍ਹ ਬੜਾ ਇਹ ਆ ਰਿਹਾ ਆ ਟ੍ਰੈਂਡ ਵੀ ਪਾਣੀ ਦੀ ਹਰ ਬੂੰਦ ਨੂੰ ਸੇਵ ਕਰਨਾ ਜੀ, ਈਵਨ ਰਿਵਰ ਦਾ ਪਾਣੀ ਹੋਵੇ ਤੇ ਚਾਹੇ ਬੋਰ ਦਾ ਪਾਣੀ ਹੋਵੇ, ਪਹਿਲਾਂ ਵਿਅਰਥ ਨਹੀਂ ਜਾਣ ਤੋਂ ਪਹਿਲਾਂ ਲਾਇਸੈਂਸ, ਲਾਇਸੈਂਸ ਤੋਂ ਬਾਅਦ ਲਿਮਿਟ, ਹਾਂਜੀ ਵੀ ਕੋਈ ਵਿਅਰਥ ਨਾ ਹੋਵੇ ਜੀ। ਤੁਸੀਂ ਉਹਨਾਂ ਨੇ ਦੇਖ ਲੈਣਾ ਆਣ ਕੇ ਵੀ ਤੁਸੀਂ ਕਿੰਨੇ ਖੇਤ ਬੀਜਣੇ ਆ ਜੀ, ਉਹਨੇ ਕੈਲਕੂਲੇਸ਼ਨ ਕਰ ਲੈਣੀ ਵੀ ਇੰਨੇ ਖੇਤਾਂ ਨੂੰ ਇੰਨੇ ਕਿਲੋ ਲੀਟਰ ਪਾਣੀ ਚਾਹੀਦਾ ਜੀ, ਤੇ ਤੁਹਾਨੂੰ ਉਹਨਾਂ ਪਾਣੀ ਦੇ ਦੇਣਾ ਉਹਨਾਂ ਨੇ। ਜੇ ਆਪਾਂ ਪਾਣੀ ਖਰੀਦਦੇ ਹਾਂ ਜਿੱਦਾਂ ਰਿਵਰ ਦਾ ਪਾਣੀ ਆ, ਉਹ ਆਪਾਂ ਨੂੰ ਖਰੀਦਣਾ ਪਊਗਾ ਹਾਂਜੀ, ਤੇ ਉਹਦੀ ਕੋਈ ਲਿਮਿਟੇਸ਼ਨ ਨਹੀਂ ਕਿ ਤੁਸੀਂ ਇੰਨੇ ਪਾਣੀ ਤੋਂ ਵੱਧ ਖਰੀਦ ਨਹੀਂ ਸਕਦੇ ਜਾਂ ਕੁਛ ਇਹੋ ਜਿਹਾ, ਕੋਈ ਚੱਕਰ ਨਹੀਂ? ਨਹੀਂ, ਉਹ ਤੁਸੀਂ ਜੇ ਹੁਣ ਫਰਜ਼ ਕੀਤਾ, ਹੁਣ ਮੈਂ ਆਪਣੇ ਕੋਲ 150-200 ਏਕੜ ਖਾਲੀ ਪਿਆ ਆ, ਜੰਗਲ ਪਿਆ, ਜੇ ਮੈਂ ਲਾਉਣਾ ਹੋਵੇ ਜੀ, ਅਤੇ ਮੈਂ ਜਿਹੜਾ ਲੋਕਾਂ ਕੋਲ ਵਾਧੂ ਪਾਣੀ ਹੈਗਾ ਉਹਨੇ ਸੇਲ 'ਤੇ ਪਾਇਆ ਹੁੰਦਾ, ਜਿੱਦਾਂ ਪ੍ਰੋਪਰਟੀਆਂ ਸੇਲ 'ਤੇ ਪਾਉਂਦੇ ਲੋਕ, ਇੱਦਾਂ ਪਾਣੀ ਵੀ ਵਿਕਦਾ ਆ, ਅਤੇ ਤੁਸੀਂ ਉਹ ਤੁਹਾਡੇ ਜਿਹੜੇ ਤੁਹਾਡਾ ਲਾਇਸੈਂਸ, ਜਿਹੜਾ ਤੁਹਾਡਾ ਲਾਇਸੈਂਸ, ਤੁਹਾਡੇ ਫਾਰਮ ਦਾ ਲਾਇਸੈਂਸ ਹੈਗਾ ਪਾਣੀ ਦਾ, ਉਹਦੇ ਵਿੱਚ ਉਹਨੇ ਐਡ ਕਰ ਦੇਣਾ, ਤੁਸੀਂ ਸਿਰਫ ਪੈਸੇ ਦੇਣੇ ਅਗਲੇ ਨੂੰ, ਪੇਪਰ ਵਰਕ ਕਰਨਾ ਆ ਅਤੇ ਤੁਸੀਂ ਫਿਰ ਆਪਣੀ ਹੋਰ ਪਲਾਂਟੇਸ਼ਨ ਕਰ ਸਕਦੇ, ਪਰ ਥੋੜ੍ਹਾ ਮਹਿੰਗਾ ਪ੍ਰੋਸੀਜਰ ਆ, ਪਾਣੀ ਕਾਫੀ ਮਹਿੰਗਾ ਜੀ, ਉਹਦੇ ਬਾਅਦ ਪਲਾਂਟੇਸ਼ਨ ਤੁਸੀਂ ਲਾਉਣੀ ਬੜੀ ਮਹਿੰਗੀ ਆ,
ਉਹ ਜੇ ਤੁਸੀਂ ਖੇਤ ਏਕੜ ਲਾਉਣਾ ਹੋਵੇ ਅੰਗੂਰਾਂ ਦਾ ਘੱਟ ਤੋਂ ਘੱਟ 15,000 ਤੋਂ 20,000 ਡਾਲਰ ਦੇ ਵਿਚਾਲੇ ਪੈ ਜਾਂਦੇ ਜੇ ਪਾਣੀ ਵੀ ਲੈਣਾ ਆ ਤੁਸੀਂ ਉਹਦੇ 'ਤੇ ਉਹਨਾਂ ਨੇ ਪੋਸ ਵੀ ਲਾਉਣੇ ਆ ਦਵਾਈਆਂ ਵੀ ਗ੍ਰਾਫਟਡ ਲਾਉਣੀਆਂ ਆ ਇਰੀਗੇਸ਼ਨ ਵੀ ਡ੍ਰਿਪ ਲਾਉਣੀ ਆ ਅਤੇ ਇੱਥੇ ਇੱਕ ਗੱਲ ਹੋਰ ਨਿਕਲ ਕੇ ਆਉਂਦੀ ਆ ਵੀ ਆਪਾਂ ਪਲਾਂਟਿੰਗ ਦੇ ਵੀ ਮਹਿੰਗੇ ਸਾਰੇ ਖਰਚੇ ਪੈਂਦੇ ਆ ਜੇ ਹੁਣ ਅਸੀਂ ਇੱਕ ਚੀਜ਼ ਦੇਖੀ ਆ ਵੀ ਪਾਣੀ ਦੇ ਵੀ ਮੈਂ ਦੇਖਿਆ ਤੇ ਭਾਅ ਉੱਚੇ ਨੀਵੇਂ ਹੁੰਦੇ ਆ ਹਾਂਜੀ ਪਾਣੀ ਘੱਟ ਗਿਆ ਵੱਧ ਗਿਆ ਡਰਾਊਟ ਵੇਲੇ ਪਾਣੀ ਬਹੁਤ ਮਹਿੰਗਾ ਸੀ ਹੁਣ ਸਸਤਾ ਅਤੇ ਇਹ ਫਸਲ ਦਾ ਵੀ ਹੋਇਆ ਪਿਛਲੇ ਦਿਨੀ ਬੜੇ ਭਾਅ ਸੀ ਫਿਰ ਹੁਣ ਡਾਊਨ ਹੋਇਆ ਬਿਲਕੁਲ ਅਤੇ ਇਹ ਸਾਰਾ ਕੁਛ ਕੋਈ ਜਿਵੇਂ ਕੋਈ ਮੰਡੀ ਕਰਨਾ ਜਿਹੜਾ ਉਹਨੂੰ ਕੋਈ ਗੌਰਮੈਂਟ ਕੰਟਰੋਲ ਨਹੀਂ ਕਰਦੀ ਵੀ ਇਹ ਜ਼ਿਮੀਦਾਰ ਲਈ ਕੋਈ ਕੰਟਰੋਲ ਹੋ ਸਕੇ ਸਿਸਟਮ ਇੱਕੋ ਇੱਕ ਮਾੜੀ ਸਾਡੀ ਇੱਥੇ ਦੀ ਗੱਲ ਹੈਗੀ ਜਿਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਬਹੁਤ ਜ਼ਿਆਦਾ ਹੈ ਇੱਥੇ ਜੀ ਪਰ ਇਹ ਹਰ ਜਗ੍ਹਾ ਹੋ ਰਿਹਾ ਹੁਣ ਇੰਡੀਆ ਵਿੱਚ ਵੀ ਹੋ ਰਿਹਾ ਹਰ ਮੁਲਕ 'ਚ ਹੋ ਰਿਹਾ ਆ ਅਤੇ ਕੋਈ ਉਹਦਾ ਕੋਈ ਕੰਟਰੋਲ ਹੈ ਨਹੀਂ ਗਾ ਇੰਨਾ ਜ਼ਿਆਦਾ ਗੌਰਮੈਂਟ ਦਾ ਉਹ ਤਾਂ ਸਿਰਫ ਇੰਨਾ ਹੈਗਾ ਵੀ ਜਿਹੜੀ ਕਮੋਡਿਟੀਜ਼ ਜਿਹੜੀਆਂ ਸਾਡੇ ਕੋਲ ਇੱਥੇ ਹੈ ਨਹੀਂ ਆਸਟ੍ਰੇਲੀਆ 'ਚ ਉਹਨੂੰ ਬਾਹਰ ਮੰਗਾਉਣੀਆਂ ਪੈਂਦੀਆਂ ਇਹਨਾਂ ਨੂੰ ਅਤੇ ਉੱਧਰੋਂ ਜਦੋਂ ਆਉਂਦੀਆਂ ਅਤੇ ਇੱਧਰਲੇ ਪਾਸ ਸਸਤੇ ਹੋ ਜਾਂਦੇ ਆ ਗੱਲ ਚੱਲਦੀ ਪਈ ਸੀ ਖਰਚਿਆਂ ਦੀ ਕਿ ਪਾਣੀ ਦਾ ਖਰਚਾ ਮਸ਼ੀਨਰੀ ਦਾ ਖਰਚਾ ਖਾਦਾਂ ਦਾ ਖਰਚਾ ਲੇਬਰ ਦੀ ਜੇ ਗੱਲ ਕਰੀਏ ਕਿ ਕੋਈ ਲੇਬਰ ਦੀ ਵੀ ਤਾਂ ਜ਼ਰੂਰਤ ਪੈਂਦੀ ਹੋਏਗੀ ਉਹਦਾ ਕੀ ਖਰਚਾ ਆਉਂਦਾ ਹੈ ਅਤੇ ਉਹਦੇ ਵਿੱਚ ਵੀ ਕੋਈ ਉਤਰਾਅ ਚੜਾਅ ਆਉਂਦਾ ਹੈ ਸਮੇਂ ਦੇ ਨਾਲ ਨਾਲ ਬਿਲਕੁਲ ਬਿਲਕੁਲ ਇਹ ਲੇਬਰ ਸਾਡੇ ਆਪਣੇ ਆਸਟ੍ਰੇਲੀਆ ਦੀ ਜਿਹੜੀ ਆ ਆਮ ਮੁਲਕਾਂ ਨਾਲੋਂ ਹਾਈ ਆ ਜਿੱਦਾਂ ਹੁਣ ਅਮੈਰੀਕਾ ਦੇ ਵਿੱਚ ਜਾਂ ਦੇਖਦੇ ਹਾਂ ਉਹਨਾਂ ਦੀ ਜਿਹੜੀ $6-7 ਹਾਲੇ ਵੀ $6-7 ਚੱਲਦੀ ਪਰ ਆਵਰ ਚੱਲਦੀ ਆ ਵੱਧ ਤੋਂ ਵੱਧ 10 ਦਿੰਦੇ ਹੋਣਗੇ ਸਾਡੇ ਇੱਥੇ 15 ਤੋਂ ਸ਼ੁਰੂ ਹੋ ਕੇ 22-25 ਤੱਕ ਜਾਂਦੀ ਆ ਡਾਲਰ ਤੱਕ ਘੰਟੇ ਦੇ ਹਿਸਾਬ ਨਾਲ ਫਾਰਮ ਵਰਕਰ ਦੀ ਅਤੇ ਇਹ ਮਤਲਬ ਕਿ ਸਰਕਾਰ ਦੇ ਦੁਆਰਾ ਕੀਤਾ ਗਿਆ ਹੈ ਕਿ ਇੰਨੀ ਮਿਨੀਮਮ ਹੈ ਅਤੇ ਇੰਨੀ ਮੈਕਸੀਮਮ ਹੈ ਕਿ ਜਾਂ ਫਿਰ ਮੈਕਸੀਮਮ ਦੀ ਕੋਈ ਲਿਮਿਟ ਨਹੀਂ ਮੈਕਸੀਮਮ ਦੀ ਕੋਈ ਲਿਮਿਟ ਨਹੀਂ ਜਾਂ ਤੁਹਾਡਾ ਬੰਦਾ ਐਕਸਪੀਰੀਅੰਸ ਹੋ ਜਾਂਦਾ ਐਕਸਪੀਰੀਅੰਸ ਉਹਨੂੰ ਫਿਰ ਜ਼ਿਆਦਾ ਦੇਣੇ ਪੈਂਦੇ ਆ ਜੀ ਵੀ ਆਮ ਤੌਰ 'ਤੇ $18 ਤੋਂ $19 ਤੋਂ ਗਵਰਨਮੈਂਟ ਦਾ ਰੇਟ ਹੈਗਾ ਵੀ ਤੁਸੀਂ ਇੰਨੇ ਦੇਣੇ ਆ ਕਦੀ ਇਹੋ ਜਿਹਾ ਵੀ ਸਮਾਂ ਆਇਆ ਕਿ ਲੇਬਰ ਦੀ ਘਾਟ ਮਹਿਸੂਸ ਹੋਈ ਹੋਵੇ ਅਤੇ ਉਸਦੇ ਦੌਰਾਨ ਖਰਚੇ ਜ਼ਿਆਦਾ ਵੱਧ ਗਏ ਹੋਣ ਲੇਬਰ ਦੇ ਹੋ ਜਾਂਦਾ ਕਈ ਵਾਰੀ ਤਰਾ ਚੜਾ ਹੁੰਦਾ ਕਈ ਵਾਰੀ ਆਪਣੀ ਲੇਬਰ ਬਾਹਰੋਂ ਜਿੱਦਾਂ ਹੁਣ ਡਿਪੈਂਡ ਸਟੂਡੈਂਟਸ ਜਦੋਂ ਆਏ ਤਾਂ ਉਦੋਂ ਥੋੜ੍ਹਾ ਜ਼ਿਆਦਾ ਹੋਇਆ ਫਿਰ ਰੁਕੇ ਤਾਂ ਦੌਰ ਵਧਿਆ ਘਟਿਆ ਸੋ ਬਾਕੀ ਮੈਨੂੰ ਲੱਗਦਾ ਗਰੋ 'ਤੇ ਵੀ ਆ ਜੇ ਕਈ ਵਾਰ ਕਿ ਸੰਤਰਿਆਂ ਦਾ ਆਪਣੇ ਇੱਥੇ ਵੀ ਸਮਾਂ ਲੱਗਦਾ ਜਿਵੇਂ ਆਪਾਂ ਪੰਜਾਬ 'ਚ ਸੁਣਦੇ ਹਾਂ ਵੀ ਸਮਾਂ ਲੱਗਿਆ ਬਿਲਕੁਲ ਜੇ ਸਮਾਂ ਲੱਗ ਗਿਆ ਤਾਂ ਕਈ ਵਾਰੀ ਉਸੇ ਬਲੋਕ 'ਚੋਂ ਸੰਤਰੇ ਕਈ ਗੁਣਾ ਵੱਧ ਨਿਕਲ ਆਉਂਦੇ ਆ ਤਾਂ ਤੁਹਾਨੂੰ ਬੰਦੇ ਵੀ ਵੱਧ ਚਾਹੀਦੇ ਆ ਬਿਲਕੁਲ ਸੋ ਇਹ ਜਿਹੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਇਹਨਾਂ ਸਾਰੀਆਂ ਗੱਲਾਂ 'ਚ ਆਪਾਂ ਨਾਲ ਨਾਲ ਬਲੋਕ ਵੀ ਦੇਖਣਾ ਅਤੇ ਮਸ਼ੀਨਰੀ ਵੀ ਦੇਖਣੀ ਆ ਕਈ ਕਿਸਮ ਦੀ ਇਹ ਖੇਤੀ ਕਰਦੇ ਆ ਪਰ ਫਿਰ ਇੱਕ ਫੇਰ ਬ੍ਰੇਕ ਅਤੇ ਬ੍ਰੇਕ ਤੋਂ ਬਾਅਦ ਮਿਲਦੇ ਠੀਕ ਹੈ ਲਓ ਜੀ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਪਰ ਨਾਲ ਨਾਲ ਚੀਜ਼ਾਂ ਵੀ ਦਿਖਾਉਣੀਆਂ ਪੈਂਦੀਆਂ ਤੁਸੀਂ ਜਿੱਦਾਂ ਕਿ ਸਾਡੀ ਬੈਕਗਰਾਊਂਡ ਦੇ ਰੂਪ ਦੇਖ ਰਹੇ ਹੋ ਕਿੰਨੇ ਮਸ਼ੀਨਰੀ ਖੜੀ ਆ ਅਤੇ ਅਜੇ ਚਾਰ ਸਵੇਰੇ ਵਰਕਸ਼ਾਪ ਅਤੇ ਕੀ ਕੁਛ ਆ ਮੈਂ ਇੱਕ ਚੀਜ਼ ਨੋਟ ਕਰੀ ਆ ਇੱਥੇ ਬਾਈ ਜੀ ਕਿ ਮੈਂ ਇਸ ਤੋਂ ਸ਼ਾਇਦ ਗਲਤ ਹੋਵਾਂ ਮੈਂ ਜਿੱਥੇ ਵੀ ਗਿਆ ਫਾਰਮ ਹਾਊਸ ਦੇ ਉੱਤੇ ਮਸ਼ੀਨਰੀ ਨਵੀਂ ਵੀ ਬਹੁਤ ਖੜੀ ਆ ਪਰ ਪੁਰਾਣੀ ਵੀ ਉਵੇਂ ਪਈ ਆ ਕੀ ਗੱਲ ਪੁਰਾਣਾ ਕਬਾੜ ਵਿਕਦਾ ਨਹੀਂ ਇੱਥੇ ਇਹ ਵੈਸੇ ਤਾਂ ਵਿਕ ਤਾਂ ਜਾਂਦਾ ਪਰ ਉਹਦੀ ਵੈਲਿਊ ਨਹੀਂ ਹੈ ਵੈਲਿਊ ਨਹੀਂ ਉਦੋਂ ਬਿਹਤਰ ਆ ਵੀ ਯਾਦਾਂ ਹੀ ਰੱਖੋ ਔਰ ਯਾਦਾਂ ਵੀ ਹੈਗੀਆਂ ਜਿੱਦਾਂ ਮੇਰੀ ਆ ਯੂਟ ਆ ਜੀ ਇਹ ਮੇਰੀ ਸਟਾਰਟ ਆ ਜੀ ਇਹ ਖੜੀ ਆ ਪਰ ਇਹਦੇ ਵੇਚਣੀ ਨਹੀਂ ਆਪਾਂ ਜੀ ਜੀ ਇਹ ਮੇਰੀ ਸ਼ੁਰੂਆਤ ਹੈ ਮੇਰੀ ਗੁੱਡ ਲੱਕ ਆ ਹਾਂਜੀ ਕਿਹੜੀ ਕੰਪਨੀ ਦਾ ਯੂਟ ਆ ਜੀ ਇਹ ਡੇਹਟਸੂ ਆ ਜੀ ਠੀਕ ਹੈ ਜੀ ਉਹ ਟਰੈਕਟਰ ਉਹ ਜਿਹੜਾ ਇੰਗਲੈਂਡ ਦਾ ਮੈਸੀ ਵੱਜਦਾ ਹੁੰਦਾ ਸੀ ਬੜਾ ਮਸ਼ਹੂਰ ਹੁੰਦਾ ਸੀ ਸਾਰੇ ਇੰਡੀਆ ਹੁੰਦੇ ਸੀਗੇ ਤੇ ਉਹ ਅਜੇ ਵੀ ਮੇਰੀ ਉਹ ਇੱਕ ਯਾਦ ਆ ਤੇ ਬਾਕੀ ਦੂਸਰਾ ਇਹ ਵੀ ਹੈਗਾ ਵੀ ਹੁਣ ਪਹਿਲੀਆਂ ਦੇ ਵਿੱਚ ਆਪਾਂ ਓਪਨ ਟਰੈਕਟਰ ਦੇ ਕੰਮ ਕਰਦੇ ਸੀਗੇ ਜੀ ਜੀ ਹੁਣ ਅੱਜ ਕੱਲ ਜਿੱਦਾਂ ਇੰਡੀਆ ਦੇ ਵਿੱਚ ਟ੍ਰੈਂਡ ਸੀਗਾ ਮੈਸੀ ਹੋ ਗਿਆ ਫੋਰਡ ਹੋ ਗਿਆ ਇੱਥੇ ਕਿਹੜਾ ਕਾਮਨ ਟਰੈਕਟਰ ਆ ਜਿਹੜਾ ਕਹਿੰਦੇ ਕਿ ਇਹ ਹੋਣਾ ਚਾਹੀਦਾ ਪਸੰਦ ਕਰਦੇ ਸਾਰੇ ਤਕਰੀਬਨ ਠੀਕ ਹੀ ਨੇ ਤੁਸੀਂ ਕੋਈ ਮਸ਼ੀਨੀ ਤੇ ਕੋਈ ਵੀ ਤੁਸੀਂ ਮੇਨਟੇਨੈਂਸ ਵਧੀਆ ਕਰਦੇ ਆ ਤਾਂ ਵਧੀਆ ਚੱਲਦੀ ਆ ਜੀ ਇੱਥੇ ਵੀ ਫੋਰਡ ਆ ਆਪਣੇ
ਹੋਲੈਂਡ ਕਹਿੰਦੇ ਆ, ਜੌਨ ਜੌਨ ਡੀਅਰ ਆ, ਮੈਸੀ ਆ, ਕੇਸ ਜਿਹੜੇ ਹੈਗਾ ਆ, ਇੰਟਰ ਹੈਗਾ ਆ, ਚਾਰ ਪੰਜ ਹੈਗੀਆਂ ਜਿਹੜੀਆਂ ਟੌਪ ਦੀਆਂ। ਨਵੇਂ ਵੀ ਨਿਊ ਹੋਲੈਂਡ ਦੇ ਟਰੈਕਟਰ ਪਿੱਛੇ ਖੜੇ ਦਿਖਾਈ ਦੇ ਰਹੇ ਆ ਜੀ ਸਾਨੂੰ, ਤੇ ਇੱਧਰ ਵਰਕਸ਼ਾਪ ਬਣਾਈ ਹੋਈ ਹੈ ਜੀ ਪੂਰੀ ਦੀ ਪੂਰੀ। ਰੂੜੀ ਪਾਉਣ ਵਾਲੀ ਮਸ਼ੀਨ ਆ ਸਾਡੇ ਮਾਲ ਵਿੱਚ, ਕਹਿੰਦੇ ਨੇ ਰੂੜੀ ਪਾਉਣੇ ਆ, ਰੂੜੀ ਪਾਉਣ ਵਾਲੀ ਮਸ਼ੀਨ। ਬਿਲਕੁਲ ਬਿਲਕੁਲ। ਤੇ ਬਾਕੀ ਏਦਾਂ ਵੀ ਇੱਧਰ ਸਾਰਾ ਬਲੌਕ ਹੈ ਜਿਹੜਾ ਅੰਗੂਰ ਇੱਕੋ ਥਾਂ ਤੇ ਆ ਜਿਹੜਾ ਸਾਰਾ ਆਪਣੇ, ਪਹਿਲਾਂ ਤਾਂ ਮਿਕਸ ਬਲੌਕ ਸੀਗਾ, ਸੰਤਰੇ ਐਪਰੀਕੋਟ ਅੰਗੂਰ ਸਾਰਾ ਕੁਛ ਸੀਗਾ ਜੀ ਜੀ। ਹੌਲੀ ਹੌਲੀ ਫਿਰ ਜਿਉਂ ਜਿਉਂ ਇਹਦਾ ਆਈ ਵੀ ਮਕੈਨੀਕਲ ਪ੍ਰੂਨਿੰਗ ਅਤੇ ਮਕੈਨੀਕਲ ਹਾਰਵੈਸਟਿੰਗ ਜਦੋਂ ਆਉਣ ਲੱਗੀ ਆ, ਉਦੋਂ ਮੈਂ ਸਾਰਾ ਪੱਟ ਕੇ ਹੌਲੀ ਹੌਲੀ 120 ਏਕੜ ਫਾਰਮ ਇਹ 120 ਏਕੜ ਦਾ ਅੰਗੂਰ ਹੀ ਨੇ ਸਾਰੇ। ਸੋ ਇੱਥੇ 2 ਕਿਲੋਮੀਟਰ ਗਾਂ ਸਿੱਧੇ ਇੱਧਰ ਅੰਗੂਰ ਹੀ ਆਉਂਦੇ ਹੋਣੇ ਜੀ। ਇਹ ਤਾਂ 3-4 ਕਿਲੋਮੀਟਰ ਚੱਲ ਜਾਂਦਾ ਜੀ, ਇੱਥੇ ਆਪਣੇ ਦੋ ਨੇ ਉਹ 52 ਹੈਕਟੇਅਰ ਦੇ। ਅੱਛਾ ਅੱਛਾ, ਯਾਨੀ ਕਿ 4 ਕਿਲੋਮੀਟਰ ਲੰਮਾ ਇੱਧਰ ਅੰਗੂਰ ਹੀ ਚੱਲੇ। ਪਿਛਲੇ ਪਾਸੇ ਬੀੜ ਆ ਜੀ ਆਪਣੀ। ਅੱਛਾ, ਖੁੱਲ੍ਹਾ ਥਾਂ ਪਿਆ, ਖੁੱਲ੍ਹਾ ਥਾਂ ਉੱਥੇ ਪਿਆ, ਉੱਥੇ ਕੈਂਗਰੂ ਅਤੇ ਸਹੇ ਮੌਜਾਂ ਮਾਣਦੇ ਨੇ, ਅਤੇ ਜਦੋਂ ਨਿਆਣੇ ਲੋੜ ਚਾਹੁੰਦੇ ਆ ਸ਼ੂਟਿੰਗ ਕਰਨੀ, ਹੰਟਿੰਗ ਕਰਨੀ ਚੱਲ ਜਾਂਦੇ ਨੇ, ਉਹ ਆਇਆ ਗਿਆ ਹੋਵੇ ਤਾਂ ਉਹ ਵੀ ਉੱਥੇ ਨੂੰ ਐਂਟਰਟੇਨ ਕਰਾਈਦਾ। ਸੋ ਚੱਲਦੇ ਹਾਂ ਜੀ ਆਪਾਂ ਸੰਤਰਿਆਂ ਦੇ ਬਾਗ ਵਾਲੇ ਪਾਸੇ। ਮਸ਼ੀਨਰੀ ਦਿਖਾਈ ਹੈ ਤੁਹਾਨੂੰ ਇੱਥੋਂ ਦੀ ਬਲੌਕ ਦੀ, ਤੁਸੀਂ ਦੇਖਿਆ ਹੋਣਾ ਨਵੀਂ ਪਿਛਾ ਪੁਰਾਣੀ ਮਸ਼ੀਨਰੀ ਦੇ ਇੱਥੇ ਢੇਰ ਲੱਗੇ ਆ, ਪਰ ਹਰ ਚੀਜ਼ ਦਾ ਮਹੱਤਵ ਆ, ਇਹ ਨਹੀਂ ਹੈ ਬਿਨਾਂ ਮਹੱਤਵ ਤੋਂ ਇੱਥੇ ਕੋਈ ਵੀ ਚੀਜ਼ ਨਹੀਂ। ਸੋ ਹੁਣ ਆਪਾਂ ਸੰਤਰਿਆਂ ਦਾ ਜਿਹੜਾ ਅਤੇ ਨਿੰਬੂਆਂ ਦੇ ਜਿਹੜਾ ਦੇਖ ਕੇ ਆਉਣੇ ਆ। ਸਰਦੀਆਂ ਵਾਲੇ ਸੰਤਰੇ ਨੇ ਹਾਂਜੀ, ਤੇ ਜਿਹੜੇ ਆ ਪਿੱਛੇ ਲੱਗੇ ਵੇ ਉਹ ਹੈਗੇ ਆ ਗਰਮੀਆਂ ਵਾਲੇ। ਹਾਂਜੀ ਹਾਂਜੀ। ਸੋ ਆਪਾਂ ਪਹਿਲਾਂ ਜ਼ਰੂਰ ਸਰੋਤਿਆਂ ਨੂੰ ਦੱਸ ਦਈਏ ਵੀ ਅਸੀਂ ਬਲਾਕ ਬਦਲ ਲਿਆ, ਪਹਿਲਾਂ ਅੰਗੂਰਾਂ ਦੇ ਬਲੌਕ ਦੇ ਵਿੱਚ ਸੀ ਅਤੇ ਹੁਣ ਜਿਹੜਾ ਇਹ ਬਲੌਕ ਹੈ ਸੰਤਰਿਆਂ ਦਾ ਅਤੇ ਨਿੰਬੂਆਂ ਦਾ, ਯਾਨੀ ਕਿ ਇੱਥੇ ਨੂੰ ਸਿਟਰਸ ਦਾ ਜਿਹੜਾ ਫਾਰਮ ਕਿਹਾ ਜਾਂਦਾ, ਜਿਹਦੇ 'ਚ ਸਾਰੀਆਂ ਵਰਾਇਟੀਜ਼ ਆ ਜਾਂਦੀਆਂ, ਉਹ ਵਰਾਇਟੀਆਂ ਬਾਰੇ ਵੀ ਅਸੀਂ ਜਾਣਾਂਗੇ ਸਾਰੀਆਂ। ਪਰ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੌਲ ਫੈਮਿਲੀ ਦਾ, ਕਿਉਂਕਿ ਸਾਡੇ ਨਾਲ ਮੈਡਮ ਜੀ ਵੀ ਸਾਡੇ ਨਾਲ ਇਨਵੋਲਵ ਹੋ ਚੁੱਕੇ ਆ। ਸੋ ਉਹਨਾਂ ਨਾਲ ਵੀ ਆਪਾਂ ਐਕਸਪੀਰੀਅੰਸ ਸਾਂਝੇ ਕਰਾਂਗੇ, ਕਿਉਂਕਿ ਮੈਨੂੰ ਲੱਗਦਾ ਜੌਲ ਸਾਹਿਬ ਨਾਲੋਂ ਮਿਸਿਸ ਜੌਲ ਦੇ ਜਿਹੜੇ ਤਜਰਬੇ ਜ਼ਿਆਦਾ, ਕਿਉਂਕਿ ਉਹ ਇਹਨਾਂ ਨਾਲੋਂ ਵੱਧ ਰਹੇ ਆ ਇੱਥੇ, ਚਾਹੇ ਕਿੰਨਾ ਚਿਰ ਹੀ ਵੱਧ ਰਹੇ ਆ, ਕਿਉਂਕਿ ਉਹ ਜਿੱਦਾਂ ਉਹਨਾਂ ਨੇ ਸ਼ੁਰੂਆਤ ਦੇ ਵਿੱਚ ਦੱਸਿਆ ਸੀ। ਸੋ ਪਹਿਲਾਂ ਤਾਂ ਜੌਲ ਸਾਹਿਬ ਤੁਹਾਡੇ ਤੋਂ ਸਵਾਲ ਬੋਲਣ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਤੁਹਾਡਾ ਸਵਾਗਤ ਹੈ ਜੀ, ਅਤੇ ਤੁਸੀਂ ਸਾਡੇ ਨਾਲ ਜੁਆਇਨ ਕੀਤਾ, ਅਤੇ ਤੁਸੀਂ ਵੀ ਆਪਣੇ ਤਜਰਬੇ ਜ਼ਰੂਰ ਸਾਂਝੇ ਕਰੋ ਸਾਡੇ ਨਾਲ ਵੀ ਤੁਸੀਂ ਇੱਥੇ ਫਾਰਮਿੰਗ ਬੈਕਗਰਾਊਂਡ ਤੋਂ ਸੀ ਅਤੇ ਆ ਕੇ ਤੁਸੀਂ ਆਪਣੇ ਲਾਈਫ ਪਾਰਟਨਰ ਨੂੰ ਵੀ ਇਸ ਲਾਈਨ ਦੇ ਵਿੱਚ ਲਾਇਆ। ਹਾਂਜੀ।
ਤਾਂ ਕਿੱਦਾਂ ਦੀ ਲਾਈਫ ਲੱਗ ਰਹੀ ਹੈ ਤੁਹਾਨੂੰ ਇਹ ਲਾਈਫ ਤੇ ਸ਼ਹਿਰੀ ਲਾਈਫ ਨਾਲ ਕੰਪੇਅਰ ਕਰਦੇ ਹੋ ਤੁਸੀਂ ਸੰਤੁਸ਼ਟ ਹੋਣ ਤੱਕ ਦੀ ਲਾਈਫ ਤੇ ਇਹ ਲਾਈਫ ਇੱਥੇ ਵਾਲੀ ਬਹੁਤ ਬੈਟਰ ਆ ਸਿਟੀ ਨਾਲ ਜੀ ਆਪਾਂ ਨੂੰ ਇੱਥੇ ਫਰੈਸ਼ ਏਅਰ ਆ ਤੇ ਸਾਰਾ ਕੁਝ ਵਧੀਆ ਇੱਥੇ ਸੋ ਤੁਸੀਂ ਸੰਤੁਸ਼ਟ ਆ ਪਿਛਲੇ 30-35 ਸਾਲ ਤੋਂ ਹਾਂਜੀ 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 ਮੈਨੂੰ ਜਿੱਦਾਂ ਹੁਣ ਹੋ ਗਿਆ 40 ਸਾਲ 41 ਸਾਲ ਹੋ ਚੱਲੇ ਆ ਮੈਨੂੰ ਹਾਂਜੀ ਸਾਡੇ ਇੱਦਾਂ ਸੀਗਾ ਵੀ ਜਿੱਦਾਂ ਮੇਰੇ ਬਾਬਾ ਜੀ 1924 'ਚ ਆਏ ਸੀ ਓਕੇ ਉਹਨਾਂ ਦੇ ਫਾਦਰ ਵੀ ਇੱਥੇ ਸੀ ਸੋ ਆਪਾਂ ਜੇ ਦੇਖੀਏ ਤਾਂ 100 ਸਾਲ ਤੋਂ ਉੱਪਰ 100 ਸਾਲ ਤੋਂ ਉੱਪਰ ਹੋ ਗਿਆ ਹਾਂਜੀ 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 90 ਸਾਲ ਤਾਂ ਸਾਡੇ ਫਿਰ ਬਾਬਾ ਜੀ ਨੂੰ ਆਇਆ ਨੂੰ ਹੋ ਗਿਆ ਨਾ ਇੱਧਰ ਉਹ ਆਉਂਦੇ ਹੁੰਦੇ ਸੀ ਆਪਣੇ ਕਿਊਂਜ਼ਲੈਂਡ ਏਰੀਆ ਗੋਲਡਨਵੇਲ ਹਾਂਜੀ ਉੱਧਰ ਗੰਨੇ ਦਾ ਕੰਮ ਕਰਦੇ ਹੁੰਦੇ ਸੀ ਅਤੇ ਆਉਂਦੇ ਉਹ ਬਾਏ ਸ਼ਿਪ ਹੁੰਦੇ ਸੀ ਅਤੇ ਉਹਨਾਂ ਨੂੰ ਤਕਰੀਬਨ 2-2.5 ਮਹੀਨੇ ਲੱਗ ਜਾਂਦੇ ਸ਼ਿਪ ਦੇ ਵਿੱਚ ਹਾਂਜੀ ਆਪਣੇ ਆਲੇ ਦੁਆਲੇ ਪਿੰਡਾਂ ਦੇ 3-4 ਪਰਿਵਾਰ ਸਾਡੇ ਬਲਗਾ ਪਿੰਡ ਆ ਮੇਰੇ ਪੇਕਿਆਂ ਦਾ ਉੱਥੋਂ ਹੁੰਦੇ ਸੀ ਵੀ ਆਲੇ ਦੁਆਲੇ ਦੇ ਸਾਰੇ ਇਕੱਠੇ ਜਿੱਦਾਂ ਟਰੈਵਲ ਕਰਦੇ ਹੁੰਦੇ ਸੀਗੇ ਹਾਂਜੀ ਫਿਰ ਉਹਨੇ 2-4 ਸਾਲ ਲਾ ਕੇ ਫਿਰ ਵਾਪਸ ਚਲ ਜਾਣਾ 3-4 ਸਾਲ ਦੇ ਪੰਜਾਬ ਰਹਿ ਹੋਣਾ ਫਿਰ ਆ ਜਾਣਾ ਹਾਂਜੀ ਸੋ ਕਾਫੀ ਬਿਲਗਾ ਪਿੰਡ ਤਾਂ ਫੇਮਸ ਰਿਹਾ ਵਿਦੇਸ਼ ਦੇ ਮਾਮਲੇ ਦੇ ਵਿੱਚ ਤੇ ਅਸੀਂ ਗੱਲਾਂ ਬਾਤਾਂ ਦਾ ਛੇੜਦੀਆਂ ਸੀ ਤੁਹਾਡਾ ਪਿੰਡ ਨਹੀਂ ਪੁੱਛਿਆ ਸੀ ਪਿੰਡ ਸਾਡਾ ਹੈਗਾ ਮੇਨ ਜੀ ਜੜਿਆਲਾ ਜੜਿਆਲਾ ਨੂਰ ਮਹਿਲ ਦੇ ਨਾਲ ਨੂਰ ਮਹਿਲ ਦੇ ਲਾਗੇ ਹਾਂਜੀ ਪਰ ਉੱਥੋਂ ਸਾਡੇ ਬਾਬਾ ਜੀ ਪਾਕਿਸਤਾਨ ਗਏ ਜੀ ਜੀ ਜਿੱਦਾਂ ਉੱਥੋਂ ਫਿਰ ਪਾਰਟੀਸ਼ਨ ਤੋਂ ਬਾਅਦ ਮੁੜ ਕੇ ਆ ਕੇ ਪਿੰਡ ਸ਼ੇਖਾਂ ਨਾਲ ਹੀ ਸਿੰਘ ਸ਼ੰਕਰ ਦੇ ਜੀ ਜੀ ਨੂਰ ਮਹਿਲ ਦੇ ਵਿੱਚ ਆਲੇ ਆ ਅਤੇ ਜਿੱਥੇ ਮੇਰਾ ਬਚਪਨਾ ਗੁਜ਼ਰਿਆ ਓਕੇ ਓਕੇ ਪੜ੍ਹਾਈ ਲਿਖਾਈ ਤੁਹਾਡੀ ਇੱਥੇ ਲਾਗੇ ਨਵਾਂਸ਼ਹਿਰ ਨੂਰ ਮਹਿਲ ਮੈਟ੍ਰਿਕ ਅਤੇ ਉਦੋਂ ਬਾਅਦ ਗ੍ਰੈਜੂਏਸ਼ਨ ਜਿਹੜੀ ਨੈਸ਼ਨਲ ਕਾਲਜ ਨਕੋਦਰ ਤੋਂ ਹੋਈ ਨਕੋਦਰ ਤੋਂ ਠੀਕ ਅਤੇ ਉਦੋਂ ਬਾਅਦ ਥੋੜ੍ਹੇ ਸਾਲ ਐਗਰੋ ਸਰਵਿਸ ਸੈਂਟਰ 'ਚ ਲਾਇਆ ਖੇਤੀ 'ਚ ਲਾਈ ਅਤੇ ਫਿਰ ਇੱਕ ਦਿਨ ਮੈਡਮ ਆ ਗਿਆ ਅਤੇ ਮੈਨੂੰ ਲੈ ਆਏ ਚਲੋ ਜੀ ਕਰਮ ਵਾਲੇ ਸੀ ਇਹ ਬੜੀ ਫਨੀ ਗੱਲ ਆ ਇਹਨਾਂ ਦਾ ਪਿੰਡ ਜਿੱਦਾਂ ਸਾਡੇ ਬਿਲਗੇ ਤੋਂ 15 ਮਿੰਟ ਦਾ ਰਸਤਾ ਹੈ ਅੱਛਾ ਜੀ ਉਹ ਜਾਣੀ ਪਈ ਸਾਡੇ ਜਿੱਦਾਂ ਪਰਿਵਾਰ ਨੇ ਸੁਣਿਆ ਨਹੀਂ ਸੀਗਾ ਤੇ ਉਹ ਜਿੱਦਾਂ ਮੇਰੀ ਨਾ ਜਿਹੜੀ ਜਠਾਣੀ ਆ ਤੇ ਮੇਰੀ ਭੂਆ ਜੀ ਦੀ ਲੜਕੀ ਆ ਜਦੋਂ ਉਹਨਾਂ ਦਾ ਰਿਸ਼ਤਾ ਹੋਇਆ ਤਾਂ ਉਹਨਾਂ ਦਾ ਵਿਆਹ ਜਿੱਦਾਂ ਵੀ ਸਾਡੇ ਮੇਰੇ ਉਹਦੇ ਨਾਨਕੀ ਹੋਇਆ ਸੀ ਸਾਡੇ ਪਿੰਡ ਹੀ ਹੋਇਆ ਸੀ ਉਦੋਂ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਲਾਗੇ ਪਿੰਡ ਇੱਕ ਹਰਦੋ ਸ਼ੇਖਾਂ ਵੀ ਹੈ ਅੰਗਲੀ ਚੋਂ ਸੰਗਲੀ ਭੇਟੇ ਹਾਂਜੀ ਤੇ ਨਾਲ ਨਾਲ ਹੁਣ ਸਾਨੂੰ ਤੁਸੀਂ ਵਰਾਇਟੀਆਂ ਦੀ ਅਸੀਂ ਗੱਲ ਚੱਲ ਰਹੀ ਸੀ ਸਾਨੂੰ ਤਾਂ ਇਹ ਨਹੀਂ ਪਤਾ ਵੀ ਨਾ ਤਾਂ ਸਾਨੂੰ ਬਲੈਂਸੀਆਂ ਦਾ ਹੀ ਮਤਲਬ ਆ ਨਾ ਸਾਨੂੰ ਕਿਸੇ ਹੋਰ ਵਰਾਇਟੀ ਦੇ ਸਾਨੂੰ ਤਾਂ ਪਤਾ ਮਿੱਠਾ ਕਿਹੜਾ ਖਾਣਾ ਖੱਟਾ ਕਿਹੜਾ ਜੂਸ ਵਾਲਾ ਕਿਹੜਾ ਤੇ ਫਰੂਟ ਵਾਲਾ ਕਿਹੜਾ ਜੀ ਇਹ ਕੀ ਕਿਹੜੀ ਵਰਾਇਟੀ ਹੈ ਇਹ ਜਿਹੜੀ ਸਰਦੀਆਂ ਵਾਲੀ ਵਰਾਇਟੀ ਹੈ ਜੀ ਜੀ ਹੋਰ 2-3 ਹਫ਼ਤਿਆਂ ਨੂੰ ਚੱਲਣੀ ਹੈ ਇਹਨੂੰ ਕਹਿੰਦੇ ਬਲੱਡ ਔਰੇਂਜ ਕਹਿੰਦੇ ਇਹਨੂੰ ਬਲੱਡ ਔਰੇਂਜ ਵਿੱਚ ਬਿਲਕੁਲ ਲਾਲ ਰੰਗ ਦਾ ਹੁੰਦਾ ਜਿੱਦਾਂ ਬਲੱਡ ਹੁੰਦਾ ਆ ਤੇ ਹੁਣ ਇਹ ਖਾਣ ਨੂੰ ਤਿਆਰ ਹੈ ਇਹ ਤਕਰੀਬਨ ਤਿਆਰ ਹੈ ਜੀ ਇਹ ਇਹਦਾ ਜਿਹੜਾ ਰੰਗ ਜਿਹੜਾ ਬਾਹਰੋਂ ਦਿਖਦਾ ਹੈ ਉਹ ਅੰਦਰੋਂ ਵੀ ਉਸ ਅੰਦਰੋਂ ਲਾਲ ਬਿਲਕੁਲ ਲਾਲ ਜਿੱਦਾਂ ਬਲੱਡ ਦਾ ਰੰਗ ਲਾਲ ਹੁੰਦਾ ਨਾ ਜੀ ਜੀ ਆਮ ਸੰਤਰੇ ਦਾ ਰੰਗ ਪੀਲਾ ਹੁੰਦਾ ਆ ਜੀ ਜੀ ਅੰਦਰਲੇ ਪਾਸੇ ਕੱਟੀਏ ਜੀ ਪਰ ਇਹ ਬਿਲਕੁਲ ਲਾਲ ਹੁੰਦਾ ਹੈ ਇਹਦਾ ਰੱਖਿਆ ਤਾਂਹੀਓ ਨਾ ਬਲੱਡ ਬਲੱਡ ਔਰੇਂਜ ਲੱਗਦਾ ਹੈ ਠੀਕ ਹੈ ਜੀ ਤੇ ਬਾਕੀ ਨੇਵਲ ਔਰੇਂਜ ਹੁੰਦੇ ਉਹ ਵੀ ਸਰਦੀਆਂ ਦੀ ਹੈਗੀ ਆ ਲੈਮਨ ਚੱਲਦੇ ਅੱਜ ਕੱਲ ਉਹ ਵੀ ਸਰਦੀਆਂ ਦੇ ਆ ਗਰਮੀਆਂ 'ਚ ਵੀ ਹੁੰਦੇ ਲੈਮਨ ਲੈਮਨ ਵੀ ਤੁਸੀਂ ਕਾਫੀ ਮਿੰਟਾਂ ਦਾ ਵੱਡਾ ਬਲੌਗ ਲੈਮਨ ਦਾ ਵੀ ਤੁਹਾਡਾ ਤੇ ਲੈਮਨ ਦੇ ਮਾਮਲੇ 'ਚ ਪਿਕਿੰਗ ਦਾ ਨਹੀਂ ਤੁਹਾਨੂੰ ਦਿੱਕਤ ਆਉਂਦੀ ਉਹ ਪਿਕਿੰਗ ਲੈਮਨ ਦੀ ਕਾਫੀ ਔਖੀ ਦੀ ਆ ਪਰ ਉਹਨੇ ਕੋਈ ਪੈਸੇ ਉਹਦੇ ਰੇਟ ਜ਼ਿਆਦਾ ਹੁੰਦਾ ਹੈ ਰੇਟ ਵੀ ਜ਼ਿਆਦਾ ਹੁੰਦਾ ਸੋ ਜਾਣੀ ਮੁੱਲ ਮਿਲਦਾ ਕਮਰਸ਼ੀਅਲ ਤਰੀਕੇ ਤੇ ਵੇਖਿਆ ਜਾਵੇ ਤੇ ਕਿਹੜੀ ਚੀਜ਼ ਜਿਹੜਾ ਜ਼ਿਆਦਾ ਫਾਇਦਾ ਦਿੰਦੀ ਹੈ ਕਿਹੜੀ ਵੈਰਾਈਟੀ ਜਿਹੜਾ ਹੈ ਉਹ ਜ਼ਿਆਦਾ ਫਾਇਦਾ ਦਿੰਦੀ ਹੈ ਇਹਦੇ ਵਿੱਚ ਕੋਈ ਪੱਕਾ ਨਹੀਂ ਕਹਿ ਸਕਦੇ ਜੀ ਵੈਰਾਈਟੀਆਂ ਤਾਂ ਹੁੰਦੀਆਂ ਰਹਿੰਦੀਆਂ ਨੇ ਇਸ ਕਰਕੇ ਤਾਂ ਹੀ ਉਹ ਜ਼ਿਆਦਾ ਵੈਰਾਈਟੀਆਂ ਲਾਈਆਂ ਜਾਂਦੀਆਂ ਵੀ ਜੇ ਇੱਕ ਦੀ ਵੈਰਾਈਟੀ ਕਿਤੇ ਨਾ ਵੀ ਪੈਸੇ ਦੇਵੇ ਚਾਰ ਤਾਂ ਦੂਸਰੀ ਵਰਾਇਟੀ ਪੈਸੇ ਦੇ ਦੇਵੇ ਜੀ ਜੀ ਸੋ ਮੈਨੂੰ ਲੱਗਦਾ ਆਪਾਂ ਕਾਫੀ ਸੰਤਰਿਆਂ ਦੀਆਂ ਵੀ ਗੱਲਾਂ ਹੋ ਗਈਆਂ ਤੇ ਬਲੌਗ ਵੀ ਦਿਖਾਤੇ ਆਪਾਂ ਤੇ ਆਪਾਂ ਨੂੰ ਹੁਣ ਮੈਨੂੰ ਰੋਟੀਆਂ ਤਾਂ ਆਪਾਂ ਖਾ ਲਈਆਂ ਸੀ ਜੀ ਬਿਲਕੁਲ ਤੁਹਾਨੂੰ ਪਤਾ ਪੰਜਾਬੀਆਂ ਦੀ ਇੱਕ ਪ੍ਰੋਬਲਮ ਹੁੰਦੀ ਆ ਕੀ ਭਾਜੀ ਚਾਹ ਰੋਟੀ ਤੋਂ ਬਾਅਦ ਚਾਹ ਨਾ ਹੋਵੇ ਤਾਂ ਰੋਟੀ ਥੱਲੇ ਨਹੀਂ ਚਾਹ ਬ੍ਰੇਕ ਲੈ ਲਓ ਹੁਣ ਤੇ ਆਪਾਂ ਜ਼ਰੂਰ ਚਾਹ ਦਾ ਬ੍ਰੇਕ ਲੈਂਦੇ ਤੇ ਚਾਹ ਦਾ ਕੱਪ ਲੈ ਕੇ ਤੇ ਫਿਰ ਅਗਲੀ ਮੰਜ਼ਿਲ ਵੱਲ ਨੂੰ ਨਿਕਲਦੇ ਠੀਕ ਹੈ ਭਾਜੀ ਸੋ ਦੋਸਤੋ ਤੁਸੀਂ ਜੁੜੇ ਰਹੋ ਇਸ ਸੀਰੀਅਲ ਨਾਲ ਇਹ ਸੀਰੀਅਲ ਦੇ ਵਿੱਚ ਅਸੀਂ ਕੋਸ਼ਿਸ਼ ਆਪਦੇ ਪੱਖੋਂ ਕੋਈ ਵੀ ਨਹੀਂ ਛੱਡਣੀ ਵੀ ਤੁਹਾਨੂੰ ਨਾ ਪੱਖ ਦਿਖਾਈਏ ਪਰ ਫਿਰ ਵੀ ਜੇ ਕੋਈ ਕਮੀਆਂ ਰਹੀਆਂ ਤਾਂ ਨਾਲ ਨਾਲ ਬਰਦਾਸ਼ਤ ਕਰਦੇ ਰਹੋ
ਤੁਹਾਡੀ ਮਰਜ਼ੀ ਆ ਜੋ ਲੈਣਾ ਤੇ ਜਿਹੜੀ ਚੀਜ਼ ਲਓ ਤੇ ਪੈਸੇ ਪਾ ਜਾਓ। ਇੱਕ ਕਾਫੀ ਬਣਦੀ ਆ ਤੇ ਕਾਫੀ ਵੱਖਰੀ ਚੀਜ਼ ਆ, ਸਾਡੇ ਕਈ ਲੋਕਾਂ ਨੂੰ ਗੱਲ ਹਜ਼ਮ ਨਹੀਂ ਹੁੰਦੀ ਵੀ ਇੱਦਾਂ ਇਮਾਨਦਾਰੀ ਦੀ ਦੁਕਾਨ ਕਿਵੇਂ ਚੱਲ ਸਕਦੀ ਆ, ਪਰ ਇਹ ਤਾਂ ਇੱਕ ਪੈਟਰੋਲ ਪੰਪ ਦੇ ਉੱਤੇ ਆ, ਫਿਰ ਵੀ ਲੋਕਾਂ ਦੀ ਨਿਗਾਹ 'ਚ ਆ। ਮੈਂ ਬਹੁਤ ਸਾਰੀਆਂ ਇਹੋ ਜਿਹੀਆਂ ਸ਼ੋਪਸ ਦੇਖੀਆਂ ਜਿਹੜੀਆਂ ਸੜਕ ਦੇ ਉੱਤੇ ਹੁੰਦੀਆਂ, ਕੋਈ ਤੁਹਾਨੂੰ ਦੇਖਣੀਆਂ ਨਹੀਂ ਹੁੰਦਾ, ਤੁਹਾਡਾ ਜ਼ਮੀਰ ਜਾਂ ਤੁਹਾਡਾ ਵਾਹਿਗੁਰੂ ਦੇਖ ਰਿਹਾ ਹੁੰਦਾ। ਸੋ ਇਹ ਵੀ ਇੱਕ ਬਣਗੀ ਆ ਆਸਟ੍ਰੇਲੀਆ ਦੀ ਕਹਿ ਲਈਏ। ਚੰਗਾ ਭਾਈ ਜੀ, ਚਲੀਏ ਜੀ। ਹਾਂਜੀ ਭਾਜੀ, ਸੋ ਬਹੁਤ ਮਿਹਰਬਾਨੀ ਤੁਸੀਂ ਆਏ, ਵਕਤ ਕੱਢਿਆ ਤੇ, ਪਰ ਹੁਣ ਤੁਹਾਨੂੰ ਪਤਾ ਵੀ ਏਡੇ ਵਿਸ਼ਾਲ ਆ ਤਾਂ ਮੈਂ ਥੋੜਾ ਬਿਲਕੁਲ ਇੰਨੇ ਤੋਂ ਮੈਂ ਦਰਸ਼ਕਾਂ ਨਾਲ ਜ਼ਰੂਰ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹੂੰਗਾ। ਬਣਦਾ ਜੀ, ਸੋ ਦਰਸ਼ਕੋ ਬੇਨਤੀ ਤੁਹਾਡੇ ਕੋਲ ਇੱਕ ਕਰਨੀ ਚਾਹੁੰਦੇ ਹਾਂ ਵੀ ਕੋਈ ਵੀ ਚੀਜ਼ ਅਸੀਂ ਸਾਰੀ ਨਹੀਂ ਦਿਖਾ ਸਕਦੇ, ਜਿੰਨਾ ਚਿੱਕ ਕੀ ਉਪਰਾਲੇ ਸਾਰੇ ਜਾਣੇ ਨਾ ਕਰਨ। ਅਸੀਂ ਜਿੰਨਾ ਕੁ ਉਪਰਾਲਾ ਕੀਤਾ ਸੀ ਤੇ ਕੈਮਰੇ ਦੀ ਅੱਖ ਨਾਲ ਜੋ ਰਿਵਰਲੈਂਡ ਦੇਖਣ ਲੱਗੇ ਤਾਂ ਬਹੁਤ ਵਿਸ਼ਾਲ ਦਿਖਿਆ, ਸਿਰਫ 2-3 ਫੈਮਲੀਆਂ ਨਾਲ ਗੱਲ ਕਰ ਸਕੇ। ਆਉਣ ਵਾਲੇ ਦਿਨਾਂ 'ਚ 200 ਦੇ ਕਰੀਬ ਜਿਹੜੀਆਂ ਫੈਮਲੀਜ਼ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਦਾ ਇਹੀ ਸੰਪਰਕ ਬਣਾਈ ਰੱਖਾਂਗੇ। 2-4 ਆਉਣ ਵਾਲੇ ਮੈਨੂੰ ਲੱਗਦਾ ਰਿਵਰਲੈਂਡ ਦਿਖਾਉਂਦੇ ਰਹੀਏ ਤਾਂ ਵੀ ਤੁਸੀਂ ਰਿਵਰਲੈਂਡ ਦਾ ਆਨੰਦ ਮਾਣਦੇ ਰਹੋਗੇ। ਪਰ ਫਿਲਹਾਲ ਮੈਨੂੰ ਤੇ ਹਰਰੂਪ ਸੰਧੂ ਨੂੰ ਤੇ ਸਾਡੇ ਮਨਪ੍ਰੀਤ ਸਿੰਘ ਢੀਂਡਸਾ ਜਿਹੜੇ ਕਿ ਇਸ ਸਾਰੇ ਪ੍ਰੋਜੈਕਟ ਦੇ ਵਿੱਚ ਕੈਮਰੇ ਦੇ ਪਿੱਛੇ ਰਹੇ, ਪਰ ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਡਾਇਰੈਕਸ਼ਨ ਸਦਕਾ ਹੀ ਹੈ ਅਸੀਂ ਇੰਨਾ ਸ਼ੂਟ ਕਰ ਸਕੇ ਹਾਂ। ਸੋ ਸਾਨੂੰ ਤਿੰਨਾਂ ਨੂੰ ਦਿਓ ਇਜਾਜ਼ਤ, ਓਕੇ ਮਿਲਦੇ ਹਾਂ।